मुंडे इंडिया जा रहे है एयरपोर्ट संधू पीछे बैठ रहा है ब्रैम्पटन तो मैं आया ही स्कारब्रो तो ते आ भाजी ए भाजी साडे विनीपैग तो ने लगा तेल पवाउण दो तीन बार भाई ने ट्राई कर लिया पता नहीं की चक्कर है दे के राजी नहीं तेरे कहंदे इहनू नहीं देना ही शक्की लगदा ओनू लगदा भाई तेल सुंघदा भाई नू पानी नहीं दिंदे रजाइना तो बाहर निकलन दे बाद सारा कुछ खाली सीगा दोनों तरफ बस खेत ही खेत नज़र आ रहे सीगे जेकर तुसी इस साइड देखदे हो तो खाली सीगा दूजी साइड भी खाली सी ते सस्कैचुअन च बस खेती हुंदी है तां करके दोनों साइड सड़क ते खेत सन गल होर दसनी ही कि मतलब तुम भी देखिया होना टाइम मैं तुम्हें दिखाऊंगा टाइम होंगे 9:52 हो गया हजे भी इतना सनसैट हो ही जाता मतलब इतना दिन काफ़ी काफ़ी ज़्यादा व्डे ने रात के 8 बजे तक तो दिन ही निकलिया रहा हजे भी सनसैट होंगे मैं जूम करके दिखा हजे भी मतलब एक बन्नी चानण लगता बदल भी बड़े वधिया दिखते हैं तो जे मैं पिछे दिखाव पिछे पूरा नेरा पिछे नेरा है ते अगे सनसैट होंदिया है इदा इतने रात जाते देखिए कि चैम्बरलेन शहर च कोई भी बंदा नहीं देख रहा सी सारा कुछ काफ़ी सुनसान सी बस ट्रक आते जाते देखते सी होर पूरे शहर च कुछ भी नहीं सी सस्काटून आए हैं तो सारा समान भाई की गड्डी मूव किया तो भाई ड्राइव कर अमरीक भाई वो बैठा अनमोल भाई आ रात च दिखावे की आया रात के बज गए रात के 12 बज चले ने सवेर तक पहुँच जाना 1 बजे तक पहुँच जाना सवेरे वो सामने लगा नैविगेशन सवा एक घंटे के बाद असी पहुंचे एक छोटे जे टाउन जिहदा नाम सीगा रूस टाउन च भी सारा कुछ बंद सीगा ते फिर असी गड्डी रोक के ते गड्डी च तेल पवाया स्टॉप ते आए हां हुण प्लैन बनता ही मैगी बना अंदर चलने बाई ब्यूटेन वाला टैंक जो कुछ नहीं गया तो रिफिल जी वाला गैस ली बाहर तो बहुत ठंड आ 9 डिग्री सैलसीयस आ बाहर पता किता बाई बदकिस्मती ने सू ब्यूटेन टैंक नहीं मिल पाया जिदे बाद साढ़े को जिटी गैस सी असी उन्हें ना ही मैगी बनानी शुरू करती मैगी बनाने लगे हाँ तो बाई का चूल्हा जाए मैगी बना ही गैस मुक् गई हूँ इदा ही माड़ी मोटी बनी खाने माड़ी मोटी बनी बन गई है बई चेक करना वा अज तो स्ट्रगल आ
ਦਿਸ ਇਜ਼ ਐਡਵੈਂਚਰ ਪਾਣੀ ਪੀ ਲਈ ਵਿੱਚੋਂ ਜਿਹੜਾ ਬਚਿਆ ਛੱਡਣਾ ਨਹੀਂ ਆ ਘੰਟੇ ਦੀ ਡਰਾਈਵ ਦੇ ਬਾਅਦ ਅਸੀਂ ਪਹੁੰਚੇ ਹੈਨਾ ਜੋ ਕਿ ਅਲਬਰਟਾ ਵਿੱਚ ਹੈ। ਉੱਥੇ ਜਾ ਕੇ ਅਸੀਂ ਤੇਲ ਪਵਾਇਆ, ਚਾਹ ਲਈ, ਹੋਰ ਆਪਣੇ ਦਿਨ ਦੀ ਸ਼ੁਰੂਆਤ ਇੱਕ ਸੋਹਣੇ ਜਿਹੇ ਸਨਰਾਈਜ਼ ਤੋਂ ਕੀਤੀ। ਸਾਰਿਆਂ ਦੇ ਮੂੰਹ 'ਤੇ ਥਕਾਨ ਜੀ ਦਿਖਣ ਦੀ ਹੈ ਕਿਉਂਕਿ ਰਾਤ ਮੈਂ ਵੀ ਕੰਮ ਤੋਂ ਸਿੱਧਾ ਆਇਆ ਸੀਗਾ ਅਤੇ ਫਿਰ ਅਸੀਂ ਟ੍ਰਿਪ 'ਤੇ ਆ ਗਏ ਸੀਗੇ। ਉਹ ਪਿੱਛੇ ਮੈਂ ਬਾਈ ਦਿਖਾਉਂਦਾ, ਬਾਈ ਬਾਈ ਦੀ ਸੀਟ ਮੂੰਹ 'ਤੇ ਆਈ ਪਈ ਆ। ਬਾਈ ਦਾ ਮੈਂ ਜ਼ੂਮ ਕਰਦਾ, ਜ਼ੂਮ ਹੋਣਾ ਨੀਗਾ। ਬਾਈ ਵਿਚਾਰਾ ਬੜਾ ਥੱਕਿਆ, ਬਾਈ ਨੇ ਬਾਹਰੀ ਡਰਾਈਵ ਕੀਤੀ ਸੀਗੀ, ਹੁਣ ਤਾਂ ਬਾਈ ਬਾਈ ਸਵਿੱਚ ਆਫ ਮੋਡ 'ਤੇ ਆ। ਬਾਈ ਨੂੰ ਨਹੀਂ ਪਤਾ ਲੱਗਦਾ ਕਿ ਕੋਈ ਝਟਕਾ ਕਿ ਕੁਛ ਆ, ਬਾਕੀ ਵੀ ਉਹ ਬਹੁਤ ਘੈਂਟ ਆ। ਅਤੇ ਹੁਣ ਅਸੀਂ ਕੈਲਗਰੀ ਪਹੁੰਚ ਗਏ ਹਾਂ, ਬਾਈ ਤਾਂ ਬਹੁਤ ਖੁਸ਼ ਆ। ਬਾਈ ਨੇ ਸੌ ਲਿਆ ਸੀਗਾ, ਮੈਂ ਦਿਖਾਇਆ ਵੀ ਸੀ ਵੀਡੀਓ 'ਚ ਬਾਈ ਕਿੱਦਾਂ ਸੁੱਤਾ ਸੀ। ਭਾਈ ਆਪਣੇ ਉਹ ਆ ਗਏ ਪਿੱਛੇ, ਹੁਣ ਕੁਛ ਔਡਰ ਕਰਦੇ ਹਾਂ ਅਤੇ ਫਿਰ B&B 'ਚ। ਅਸੀਂ B&B ਬੁੱਕ ਕੀਤਾ ਸੀ, B&B ਦੀ ਚੈੱਕ ਇਨ ਜਿਹੜੀ ਆ ਉਹ 8 ਵਜੇ ਦੇ ਬਾਅਦ ਸੀਗੀ ਅਤੇ ਅਸੀਂ ਪਹਿਲਾਂ ਆ ਗਏ ਸੀ। ਅਸੀਂ 7:15 'ਤੇ ਕੈਲਗਰੀ ਪਹੁੰਚ ਗਏ ਸੀ ਅਤੇ ਹੁਣ ਤਾਂ ਕਰਕੇ ਟਿਮ ਆਏ ਹਾਂ ਇੱਥੋਂ ਚਾਹ ਚੂਹ ਲੈ ਕੇ ਪੀ ਕੇ ਅਤੇ ਫਿਰ B&B ਚੱਲਾਂਗੇ। ਫਿਰ ਮੈਂ ਚੱਲ ਕੇ ਤੁਹਾਨੂੰ B&B ਦਿਖਾਵਾਂਗਾ ਕਿਵੇਂ ਦਾ B&B। ਅਮਰੀਕ ਬਾਈ ਦੇ ਉਦੇ ਹੀ ਇੱਕ ਕੁਸ਼ਚਨ ਪੁੱਛਿਆ ਕਿ ਅੰਮ੍ਰਿਤਸਰ ਹੀ ਲੜਕਾ ਹੈ, ਲੜਕਾ ਤਾਂ ਠੀਕ ਆ, ਉਹਦੇ ਉੱਤੇ ਮਿਰਚ ਕਿਉਂ ਆਈ ਆ? ਉਦੋਂ ਤਾਂ ਬਾਈ ਮਿਰਚ ਪਿੱਛੇ ਹੀ ਹੋ ਗਿਆ, ਹੁਣ ਤੇ ਬਾਈ ਆਉਣਾ ਇੱਥੇ ਬਣਦਾ ਹਨਾ? ਨਹੀਂ ਆ B&B ਆ ਜਿਹੜਾ ਅਸੀਂ ਲਿਆ ਸੀਗਾ ਕਿਉਂਕਿ ਅਸੀਂ 4 ਜਾਣੇ ਸੀਗੇ ਤੇ ਤਾਂ ਕਰਕੇ 2 ਬੈਡਰੂਮ ਲਿਆ ਸੀਗਾ ਤੇ ਓਨਰ ਪੰਜਾਬੀ ਨੇ। TV ਵੀ ਆ ਇੱਧਰ, ਇੱਕ ਆ ਬੈਡ ਆ, ਇਹ ਸਾਡੇ ਦੋ ਕਲਾਕਾਰ ਦੇ। ਉੱਧਰ ਵਾਸ਼ਰੂਮ ਆ, ਹਾਂ ਕਿਚਨ ਆ। ਹੁਣ ਮੌਕੇ ਦੀ ਗੱਲ ਇਹ ਆ ਕਿ ਅਸੀਂ ਇੰਨੇ ਜ਼ਿਆਦਾ ਚਾਹ ਅਤੇ ਫਲੋ 'ਚ ਆਏ ਆ ਕਿ ਮੈਂ ਆਪਣਾ ਬੈਗ ਹੀ ਉੱਥੇ ਭੁੱਲ ਆਇਆ। ਮੈਂ ਰੱਖਿਆ ਹੀ ਨਹੀਂ ਆਪਣਾ ਬੈਗ ਅਤੇ ਇੰਨੇ ਫਲੋ 'ਚ ਸਾਨੂੰ ਚੇਤਾ ਹੀ ਨਹੀਂ ਰਿਹਾ, ਬੈਗ ਵੀ ਉੱਥੇ ਰਹਿ ਗਿਆ। ਹੁਣ ਮੈਨੂੰ ਲੱਗਦਾ ਇੱਥੋਂ ਹੀ ਕੱਪੜੇ ਲੈਣੇ ਪੈਣੇ ਆ 1-2। ਅਤੇ ਉਹ ਬਾਈ ਨੇ, ਅਮਰੀਕ ਬਾਈ ਨੇ ਵੀ ਸ਼ੋਪਿੰਗ ਕਰਨੀ ਸੀ। ਬਾਈ ਕਰਨੀ ਆ ਕਿੰਨੇ ਬਾਈ? $10,000 ਦੀ। ਬਾਈ ਨੂੰ ਖੰਘ ਆ ਗਈ 10,000 ਸੁਣ ਕੇ। ਨਹੀਂ ਬਾਈ ਨੇ ਵੀ ਕੱਪੜੇ ਲੈਣੇ ਆ, ਹੁਣ ਮੈਂ ਵੀ 2 ਲਊਂਗਾ, ਉੱਦਾਂ ਦੇ ਮੈਂ ਲੈਣੇ ਨਹੀਂ ਸੀ, ਲੈਣੇ ਤਾਂ ਹੁਣ ਪੈਣੇ ਆ। ਚਲੋ ਕੰਬਲ ਲਿਆਓ ਪਹਿਲਾਂ, ਕੰਬਲ ਲਿਆਉਂਦੇ ਕੰਬਲ ਬਾਈ ਕੰਬਲ ਬਾਈ ਉਹ ਲੈ ਕੇ ਆਉਂਦੇ ਆ, ਉਹ ਲਿਆਉਂਦੇ ਆ ਅਤੇ ਫਿਰ ਆਪਾਂ ਕੰਬਲ ਕੁੰਬਲ ਲੈ ਕੇ ਥੋੜ੍ਹਾ ਚਿਰ ਸੌਂਦੇ ਹਾਂ ਅਤੇ ਫਿਰ ਆਪਾਂ ਚੱਲਦੇ ਹਾਂ ਸ਼ੋਪਿੰਗ ਕਰਨ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੇਖਣ ਲਈ। ਇਸ ਵੀਡੀਓ 'ਤੇ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ।